ਬਬੀ ਕੀ ਨਾਂ ਜੀ ਆਪਣਾ ਬਾਬਾ ਦਲੀਪ ਸਿੰਘ ਅੱਛਾ ਜੀ ਇੱਕ ਲੰਗਰ ਸੇਵਾ ਚੱਲ ਰਹੀ ਆ ਅਤੇ ਹੁਣ ਕੀ ਉਸ ਲੰਗਰ ਸੇਵਾ ਹੋਊ ਹਾਂਜੀ ਇਹ ਹੈ ਕਿ ਹਜ਼ੂਰ ਸੰਭਰਤਾਈ ਹਜ਼ੂਰ ਸਾਹਿਬ ਸੰਤ ਬਾਬਾ ਨਿਦਾਨ ਸਿੰਘ ਜੀ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਜੀ ਕਾਰ ਸੇਵਾ ਗੁਰਦੁਆਰਾ ਲੰਗਰ ਸਾਹਿਬ ਹਜ਼ੂਰ ਸਾਹਿਬ ਵੱਲੋਂ ਇਹ ਸੇਵਾ ਚੱਲ ਰਹੀ ਹੈ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆ ਕੇ ਇੱਥੇ ਸੇਵਾ ਕਰੋ ਤਨ ਮਨ ਨਾਲ ਹਰ ਤਰੀਕੇ ਨਾਲ ਸੇਵਾ ਕਰਕੇ ਲੰਗਰ ਵਰਤੋਂ ਦੀ ਹੋਇਆ ਭਾਂਡਿਆਂ ਦਾ ਆਉਂਦੀ ਹੋਇਆ ਸਾਰੀ ਸੇਵਾ ਕਰਨ ਉੱਥੇ ਹਰ ਸਿੱਖ ਹਰ ਬੰਦੇ ਦਾ ਫਰਜ਼ ਬਣਦਾ ਜਿਹੜੇ ਨੇੜਲੇ ਦੀ ਸੰਗਤਾਂ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਕਿ ਵੱਧ ਤੋਂ ਵੱਧ ਇੱਥੇ ਸੇਵਾ ਕਰਨਾ ਹੈ ਅਤੇ ਬਾਬਾ ਜੀ ਹੁਣ ਤੱਕ ਕਿੰਨਾ ਕੁ ਲੰਗਰ ਪੱਕ ਚੁੱਕਿਆ ਹੋਣਾ ਮੋਰਚੇ ਵਿੱਚ ਹੁਣ ਦਾ ਜੀ ਦੇਖੋ ਸਵੇਰ ਦਾ ਲੈ ਕੇ ਹੁਣ ਦਾ ਘੱਟ ਤੱਕ 15 ਘੰਟੇ ਮਤਲਬ ਆਟੇ ਦਾ ਪਕਾ ਲਿਆ ਸੀ ਹੁਣ ਸਾਰੇ ਦਿਹਾੜੇ ਲੰਗਰ ਰਾਤ ਨੂੰ 12 ਵਜੇ ਤੱਕ ਕਿਵੇਂ ਲੰਗਰ ਚੱਲੇ ਗਏ ਇਹ ਤਾਂ ਰੋਜ਼ 15 ਘੰਟੇ ਲੱਗਦੇ ਬਾਬਾ ਜੀ ਹਾਂਜੀ ਨਹੀਂ ਇਹ ਸ਼ਾਮ ਦਾ ਇਹਦਾ ਘੱਟ ਤੋਂ ਘੱਟ 3 ਜਾਂ 35 ਘੰਟੇ ਲੱਗਣਗੇ ਰੋਜ਼ ਅੱਛਾ ਹਾਂਜੀ ਉਹ ਸਬਜ਼ੀ ਕਿੰਨੀ ਕੁ ਲੱਗਦੀ ਬਾਬਾ ਜੀ ਜੀ ਸਾਡੀ ਇੱਕ ਟਾਈਮ ਦੀ ਜਿਹੜੀ 2 ਕੁਇੰਟਲ ਦਾਲ ਤਾਂ 3 ਕੁਇੰਟਲ ਸਬਜ਼ੀ ਹਾਂਜੀ ਜਿਹੜਾ ਸ਼ਾਮ ਦਾ ਟਾਈਮ ਹੈ ਸ਼ਾਮ ਨੂੰ 3 ਕੁਇੰਟਲ ਦਾਲ ਤਾਂ 2 ਕੁਇੰਟਲ ਸਬਜ਼ੀ ਰਾਤ ਅੱਛਾ ਜੀ ਹੋਰ ਵੀ ਕਈ ਪ੍ਰਕਾਰ ਦੇ ਲੰਗਰ ਹੈਗੇ ਬਾਬਾ ਜੀ ਹਾਂਜੀ ਲੰਗਰ ਅਸੀਂ ਆਪਣਾ ਜ਼ਿਆਦਾ ਸਾਡਾ ਦਾਲ ਪ੍ਰਸ਼ਾਦ ਹੈ ਉਹਨਾਂ ਦੇ ਚੌਲ ਵੀ ਸਾਡੇ 5-4 ਕੁਇੰਟਲ ਰੋਜ਼ ਚੌਲ ਵੀ ਲੱਗਦੇ ਦਾਲਾਂ ਹੋ ਗਈਆਂ ਸਬਜ਼ੀਆਂ ਹੋ ਗਈਆਂ ਬੜਾ ਪ੍ਰਸ਼ਾਦ ਹੋ ਗਿਆ ਮਤਲਬ ਜਿੰਨੇ ਵੀ ਲੰਗਰ ਦੇ ਆਈਟਮਾਂ ਬਣਦੀਆਂ ਉਹ ਸਾਰੇ ਆਈਟਮਾਂ ਅਸੀਂ ਤਿਆਰ ਕਰਨੇ ਤੇ ਲੰਗਰ ਦੀ ਸੇਵਾ ਆਉਂਦੀ ਹੈ ਹਜ਼ੂਰ ਸਾਹਿਬ ਤੋਂ ਆਉਂਦੀ ਹੈ ਜਾਂ ਆਪਣੇ ਲੋਕਲ ਇੱਥੋਂ ਆਉਂਦੀ ਨਹੀਂ ਇਹ ਹਜ਼ੂਰ ਸਾਹਿਬ ਤੋਂ ਆਉਂਦੀ ਹੈ ਸੰਗਤਾਂ ਵੀ ਬੜੀ ਸੇਵਾ ਕਰਦੀ ਹੈ ਦੀ ਗੱਲ ਨਹੀਂ ਰਸਤਾ ਰਸਤਾ ਲੈ ਕੇ ਸੰਗਤਾਂ ਵੀ ਆਉਂਦੀਆਂ ਇੱਥੇ ਸੰਗਤਾਂ ਦੇ ਸਹਿਯੋਗ ਨਾਲ ਹੀ ਸਾਰਾ ਇਹ ਕਾਰਜ ਚੱਲਦਾ ਸੰਗਤਾਂ ਦਾ ਬਹੁਤ ਸਹਿਯੋਗ ਹੈ ਸਾਨੂੰ ਇਸ ਖੇਤਰ ਇਹ ਜੀ ਮਸ਼ੀਨਾਂ ਲਾਈਆਂ ਇਹਦੇ ਵਿੱਚ ਕਿੰਨੇ ਕੁ ਲੰਗਰ ਪੱਕਦਾ ਬਾਬੂ ਜੀ ਇਹ ਤਾਂ ਜੀ ਇੱਕ ਘੰਟੇ ਦੇ ਜਿਹੜੀ ਛੋਟੀ ਮਸ਼ੀਨ ਹੈ ਉਹ 4000 ਪ੍ਰਸ਼ਾਦਾ ਪਕਾਉਂਦੇ ਜਿਹੜੀ ਇਹ ਵੱਡੀ ਮਸ਼ੀਨ ਹੈ ਤਾਂ ਇਹ ਘੱਟ ਤੋਂ ਘੱਟ 10000 ਪ੍ਰਸ਼ਾਦਾ ਪਕਾਉਂਦੇ ਡਬਲ ਮਸ਼ੀਨ ਹੈ ਇੱਕ ਘੰਟੇ ਵਿੱਚ ਹਾਂਜੀ ਹਾਂਜੀ ਇੱਕ ਘੰਟੇ ਦੇ 4000 ਪ੍ਰਸ਼ਾਦਾ ਤਿਆਰ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਘੱਟ ਬਜਟ ਦੇ ਵਿੱਚ ਸਿੰਗਾਪੁਰ ਸਟੱਡੀ ਕਰਨਾ ਚਾਹੁੰਦੇ ਹੋ ਤਾਂ ਜੱਪ ਸਟੱਡੀ ਤੁਹਾਡੇ ਲਈ ਵੀਜ਼ਾ ਲੈ ਕੇ ਆਈ ਹੈ ਆਲ ਪੇਮੈਂਟ ਆਫਟਰ ਵੀਜ਼ਾ ਸਿੰਗਾਪੁਰ ਜਾਓ ਕੰਮ ਤੇ ਅਸੀਂ ਲਵਾਵਾਂਗੇ ਤੁਹਾਨੂੰ ਟੌਪ ਲੈਵਲ ਦੇ ਕਾਲਜ 'ਚ ਪੜ੍ਹਾਵਾਂਗੇ ਉਸ ਤੋਂ ਬਾਅਦ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਜਿਹੜੀ ਕੰਟਰੀ 'ਚ ਕਹੋਗੇ ਤੁਸੀਂ ਜਾ ਸਕਦੇ ਹੋ ਸੋ ਵੀਰਵਾਰ ਸ਼ੁੱਕਰਵਾਰ ਮੈਨੂੰ ਜਲੰਧਰ ਮਿਲੋ ਬਾਕੀ ਦਿਨ ਤਰਨਜੀਤ ਸਿੰਘ ਹੈ ਜੀ ਆਪਾਂ ਕੈਲੀਫੋਰਨੀਆ ਸੈਕਰਮੈਂਟੋ USA ਤੋਂ ਅਤੇ ਮੋਰਚੇ ਵਿੱਚ ਚੰਡੀਗੜ੍ਹ ਮੋਹਾਲੀ ਵਿੱਚ ਸ਼ਾਮਲ ਹੋਇਆ ਹੈ ਅਤੇ ਇਸ ਤੋਂ ਪਹਿਲਾਂ ਵੀ ਤੁਸੀਂ ਆਉਂਦੇ ਰਹੇ ਇੱਥੇ ਨਹੀਂ ਪਹਿਲਾਂ ਨਹੀਂ ਆਏ ਪਹਿਲੀ ਵਾਰੀ ਆਏ ਹੋਰ ਜਦੋਂ ਕੋਈ ਪ੍ਰੋਗਰਾਮ ਪੰਜਾਬ 'ਚ ਹੁੰਦਾ ਉਦੋਂ ਤੁਸੀਂ ਆਉਂਦੇ ਜੋ ਬੰਦੀ ਸਿੰਘ ਖਤ ਲੈ ਕੇ ਜਾਂ ਹੋਰ ਕੋਈ ਮਾਮਲੇ ਪਹਿਲੀ ਵਾਰ ਜਿੱਦਾਂ ਆਉਣ ਆਏ ਹਾਂ ਇਸ ਹਾਲ ਦੇ ਅੱਛਾ ਪਹਿਲਾਂ ਨਹੀਂ ਜਿੱਦਾਂ ਆਏ ਹੋਰ ਉੱਥੇ ਅਮਰੀਕਾ 'ਚ ਕੀ ਕੰਮ ਕਰਦੇ ਤੁਸੀਂ ਉੱਥੇ ਦੂਜੇ ਕੀ ਨਰਸਿੰਗ ਕਰਦਾ ਜੀ ਅੱਛਾ ਹੋਰ ਉੱਥੇ ਵੀ ਕੋਈ ਬੰਦੀ ਸਿੱਖਾਂ ਦੇ ਵਾਸਤੇ ਕੋਈ ਰਿਹਾਈ ਵਾਸਤੇ ਮੋਰਚਾ ਲਾਇਆ ਜਾਂ ਕੋਈ ਉਹੋ ਜਿਹੀ ਗੱਲ ਹੈ ਉੱਥੇ ਲਾਉਂਦੇ ਆ ਆਪਣੇ ਸੈਕਸ ਜਿਹੜਾ ਆਪਣਾ ਕੈਪੀਟਲ ਆ ਸੈਕਮੈਂਟੋ ਕੈਪੀਟਲ ਆ ਉੱਥੇ ਲੱਗਿਆ ਸੀ ਸਾਫਟਿੰਗ ਗੁਰਦੁਆਰੇ ਤੋਂ ਸੰਗਤਾਂ ਗਈਆਂ ਸੀਗੀਆਂ ਅਤੇ ਉੱਥੇ ਵੀ ਮੋਰਚੇ ਲੱਗੇ ਆ ਪਰ ਕਿੰਨੀ ਸੰਗਤ ਹੁੰਦੀ ਉੱਥੇ ਉੱਥੇ ਕਾਫੀ ਸੰਗਤ ਹੋ ਜਾਂਦੀ ਹੈ ਕਾਫੀ ਸੰਗਤ ਹੋਰ ਆਪਾਂ ਵੀਡੀਓ 'ਚ ਵੀ ਦੇਖੀਦਾ ਹੋਰ ਬਾਹਰਲੇ ਸਟੇਟਾਂ ਜਿੱਦਾਂ ਬ੍ਰੈਮਟਨ ਵਿੱਚ ਵੀ ਹੋਰ ਬਾਹਰਲੀਆਂ ਕੰਟਰੀਆਂ 'ਚ ਵੀ ਹੁੰਦਾ ਹੈ ਤਾਂ ਉੱਥੇ ਵੀ ਕਾਫੀ ਸੰਗਤ ਹੋ ਜਾਂਦੀ ਹੈ ਅਤੇ ਇਹ ਆਪਣੇ ਇੰਡੀਆ ਵਿੱਚ ਤੁਹਾਨੂੰ ਕਿਹੋ ਜਿਹਾ ਲੱਗਾ ਕਿਹੋ ਤੁਹਾਨੂੰ ਲੱਗਦਾ ਕਿ ਬੰਦੀ ਸਿੱਖਾਂ ਦੀ ਰਿਹਾ ਹੋ ਸਕਦੀ ਹੈ ਦੇਖੋ ਜੀ ਹੁਣ ਪੀਸਫੁਲ ਪ੍ਰੋਟੈਸਟ ਚੱਲ ਰਿਹਾ ਸੋ ਸਾਰਾ ਕੁਛ ਪ੍ਰੋਪਰਲੀ ਕਰਦੇ ਆ ਸੋ ਹੋਪਫੁਲੀ ਕਾਨੂੰਨ ਦੇ ਤੌਰ ਨਾਲ ਨਿਕਲ ਸਕਦੇ ਜੀ ਭਾਈ ਆਪਣਾ ਜੀ ਆਪਣ ਜੀ ਕਿੱਥੋਂ ਆਏ ਸਰ ਇਟਲੀ ਤੋਂ ਆਏ ਜੀ ਅੱਛਾ ਮੋਰਚੇ ਵਿੱਚ ਸ਼ਾਮਲ ਹੋਣ ਵਾਸਤੇ ਮੋਰਚੇ ਵਿੱਚ ਸ਼ਾਮਲ ਹੋਣ ਦੇ ਕਿੰਨੇ ਕੁ ਦਿਨ ਤੱਕ ਇੱਥੇ ਰਹੋਗੇ ਤੁਸੀਂ ਬਾਬਾ ਜੀ ਕੱਲ੍ਹ ਤਾਂ ਆਇਓ ਜੀ ਅੱਜ ਸ਼ਾਮ ਤੱਕ ਜੀ ਅੱਛਾ ਅਤੇ ਇਟਲੀ ਵਿੱਚ ਵੀ ਕੋਈ ਬੰਦੀ ਸਿੱਖਾਂ ਨੂੰ ਰਿਹਾ ਕਰਨ ਵਾਸਤੇ ਕੋਈ ਗੱਲਬਾਤ ਹੁੰਦੀ ਹੈ ਨਹੀਂ ਜੀ ਗੁਰਦੁਆਰਿਆਂ 'ਚ ਹੁੰਦੀ ਗੁਰੂ ਘਰਾਂ 'ਚ ਪੈਸੇ ਕਾਫੀ ਅੱਛਾ ਬਾਹਰ ਇੱਦਾਂ ਰੈਲੀ ਤਾਂ ਨਹੀਂ ਲੱਗਦੀ ਕਿੰਨੇ ਕੁ ਦਿਨ ਤੋਂ ਤੁਸੀਂ ਗਏ ਹੋ ਇੱਥੇ ਅਸੀਂ ਜੀ 23 ਸਾਲ ਤੋਂ ਉੱਥੇ ਰਹਿ ਰਹੇ ਹਾਂ 23 ਸਾਲ ਇੱਥੇ ਕਿੱਥੇ ਰਹਿੰਦੇ ਇੱਥੇ ਰਹਿੰਦੇ ਨਵਾਂਸ਼ਹਿਰ ਜੀ ਤੁਹਾਨੂੰ ਲੱਗਦਾ ਕਿ ਜਿੱਦਾਂ ਚੱਲ ਰਿਹਾ ਮੋਰਚਾ ਲਾਇਆ ਹੋਇਆ ਬੰਦੀ ਸਿੱਖ ਰਿਹਾ ਹੋ ਸਕਦੇ ਹਾਂਜੀ ਹਾਂਜੀ ਹੋਊਗੇ ਜ਼ਰੂਰ ਹੋਣੇ ਚਾਹੀਦੇ ਇਹ ਨਾਲ ਹੋਰ ਵੀ ਕੋਈ ਬਾਹਰੋਂ ਆਉਂਦੇ ਆ ਬੰਦੇ ਮੋਰਚੇ ਵਿੱਚ ਸ਼ਾਮਲ ਹੋਣ ਵਾਸਤੇ ਹਾਂਜੀ ਆਈ ਜਾਂਦੇ ਵੈਸੇ ਬਹੁਤ ਬਾਹਰੋਂ ਹਾਂਜੀ ਉੱਧਰ ਉਤਸ਼ਾਹ ਬਹੁਤ ਆ ਜੀ ਬਾਹਰ ਕਾਫੀ ਉਤਸ਼ਾਹ ਆ ਇਟਲੀ ਕਿੱਥੇ ਰਹਿੰਦੇ ਭਾਅ ਜੀ
ਇਟਲੀ ਮਾਂਤੋਵਾ ਡਿਸਟ੍ਰਿਕਟ ਹੈ ਜੀ ਅੱਛਾ ਸਜਾਰਾ ਸ਼ਹਿਰ ਹੈ ਸਾਡਾ ਹੋਰ ਵੀ ਪੰਜਾਬੀ ਆਏ ਬਹੁਤ ਪੰਜਾਬੀ ਸਾਰੇ ਪੰਜਾਬੀ ਹੈ मोर्चे डट के खड़ गए मोर्चे आ गए फिर खालसा पंथ छड़ के नहीं जा सकता बिलकुल क्योंकि संगत दे नाल खड़े हैं इत्थे अपने बुजुर्ग भी है भैण भी है सारिया दे परिवार भी है इस करके ना सिद्धांतां दे चलदे मर्यादा दे चलदे सानू होला महला मोहाली की धरती के उत्ते भी बड़े जाहो जलाल दे नाल जिहड़ी कि अज शायद स्टेज भी लगूगी तैयारी चलन दी आ अज एसीबी आ रही है ग्राउंड पद्धरा किया जाएगा जिथे लोड़ है सगो असीं लोकल संगत नूं भी जिहड़ा पाधी एरिया इत्थों दा सारिआं नूं कहिंदे भी आपां वध चढ़ के खालसा पंथ दा संजोग दईए नाले कौमी इंसाफ मोर्चा जिहड़ा कि देखो बंदी सिंघां दी जिन्हां ने दुगणियां दुगणियां तिगणियां तिगणियां सजावां कट लई है क्योंकि उहनां दा संविधानक हक आ ना कि कोई इत्थे वैलेंस आ ना कोई हुल्लड़बाजी करदा नहीं बड़े जाबते च रह के संघर्ष लड़िया जा रहा है संगत नूं वाह पा के इत्थे खालसा पंथ दे नाल इस मोर्चे दे नाल लोकल संगत नूं भी जिवें आनंदपुर साहिब नूं संगत जा रही है नमस्कार करके इस मोर्चे विच सारिआं नूं इत्थे पहुंचण दी लोड़ है क्योंकि जिन्हां ने संघर्ष लड़े कौम लई लड़े आ इस करके अज कौम दे नाल खड़न लई सारिआं नूं जरूर खड़ना चाहिए बाबा जी किन्ने क घोड़े जिहड़े कि इत्थे होले महल्ले ते पहुंचणगे किन्नियां किन्नियां सिंघां दीआं होर फौजां जिहड़ी कि लड़दीआं इत्थे पहुंचणगीआं इतने जिहड़ियां निहंग सिंह फौजां दा ते आपां कुछ कह ही नहीं सकते क्योंकि कुछ इस टाइम भी 10-12 जथेबंदियां निहंगा सिंघां दी इत्थे बैठियां होईयां मोर्चे दे विच बाकी साडे कोल इत्थे इस टाइम भी 100 उत्ते घोड़ा है बिल्कुल जिहड़ा लिस्ट दे विच आ जी बड़ा जाहो जलाल खालसा पंथ दा जिवें 2-2 घोड़े भजणे आ 4-4 घोड़े भजणे आ इत्थे नेजाबाजी करवाई जाएगी 7 मार्च नूं गतके दा कप भी कराया जा रहा इत्थे ग्राउंड च इस करके संगत नूं बेनती कीती है कि सारे वध चढ़ के गतके कप दे विच वी आपां पहुंचणा है ते जिहड़ा महला कढ़ना खालसा पंथ ने उहदे विच वी सारे वध चढ़ के पहुंचे जिवें दिल्ली दे उत्ते सिंघू बार्डर च खालसे ने दिल्ली दी हिक ते महला कढ़िया सी बड़े जाहो जलाल दे नाल उस तरह ही अज मोहाली दी धरती ते वी खालसा पंथ 8 मार्च नूं बड़े जाहो जलाल दे नाल बड़ी मर्यादा च रह के सिद्धांतां ते चलदा होया पूरा खालसा पंथ आपो जाहो जलाल दे नाल पूरा शस्त्रां वस्त्रां नाल तैयार प्रत्यार इत्थे महला कढ़िया जाएगा बिल्कुल बाबा जी Thank you.